ਬੀਤੇ ਦਿਨੀ ਪੰਜਾਬ ਚ ਆਏ ਹੜਾਂ ਨੇ ਲੋਕਾਂ ਲਈ ਕਈ ਮੁਸੀਬਤਾਂ ਖੜੀਆਂ ਕੀਤੀਆਂ, ਜਿਸ ਤੋਂ ਬਾਅਦ ਖਾਲਸਾ ਐਡ ਵੱਲੋਂ ਹੜ ਪੀੜਤਾਂ ਦੀ ਮਦਦ ਲਈ ਖਾਣ ਪੀਣ ਦੀ ਸਮੱਗਰੀ ਦੇ ਨਾਲ ਨਾਲ ਹੋਰ ਵੀ ਕਈ ਜ਼ਰੂਰਤ ਦਾ ਸਮਾਨ ਮੁਹੱਈਆ ਕਰਵਾਇਆ। ਦੱਸ ਦੇ ਕਿ ਹੜਾਂ ਵਿੱਚ ਆਪਣਾ ਸਭ ਕੁਝ ਗਵਾ ਚੁੱਕੇ ਲੋਕਾਂ ਨੂੰ ਜਿੱਥੇ ਪਾਣੀ ਤੱਕ ਨਸੀਬ ਨਹੀਂ ਹੋ ਰਿਹਾ ਸੀ, ਤਾਂ ਉੱਥੇ ਖਾਲਸਾ ਐਡ ਨੇ ਇਹਨਾਂ ਹੜ ਪੀੜਤਾਂ ਦੀ ਮੁਸੀਬਤਾਂ ਦਾ ਹੱਲ ਹੀ ਕਰ ਦਿੱਤਾ। ਭਾਵ ਖਾਲਸਾ ਐਡ ਵੱਲੋਂ ਰੋਪੜ ਜ਼ਿਲ੍ਹੇ ਵਿੱਚ ਲੋਕਾਂ ਨੂੰ ਮੱਝਾਂ ਵੰਡੀਆਂ ਗਈਆਂ, ਜਿਨ੍ਹਾਂ ਦੀ ਕੀਮਤ 80-80 ਹਜ਼ਾਰ ਰੁਪਏ ਹੈ। ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਪਾਈ ਗਈ ਹੈ, ਜਿਸ ਵਿੱਚ ਖਾਲਸਾ ਐਡ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਵੇਂ ਉਹਨਾਂ ਵੱਲੋਂ ਪਹਿਲਾਂ ਲੋੜਵੰਦ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ, ਜਿਸ ਤੋਂ ਬਾਅਦ ਫਿਰ ਵੱਖ ਵੱਖ ਥਾਵਾਂ ਤੋਂ ਮੱਝਾਂ ਖਰੀਦ ਕੇ ਲਿਆਂਦੀਆਂ ਗਈਆਂ ਤੇ ਲੋਕਾਂ ਵਿੱਚ ਵੰਡੀਆਂ ਗਈਆਂ। ਭਾਖੜਾ ਡੈਮ ਨੇ ਜਦੋਂ ਗੇਟ ਖੁੱਲ੍ਹੇ, ਫਲੱਡ ਗੇਟ ਖੁੱਲ੍ਹੇ, ਅਤੇ ਭਾਖੜਾ ਡੈਮ ਦੇ ਵਿੱਚੋਂ ਇੱਕਦਮ ਪਾਣੀ ਜਦੋਂ ਇੱਥੇ ਛੱਡਿਆ ਗਿਆ, ਇਹਨਾਂ ਦੇ ਡੰਗਰ ਕੁਛ ਮਰ ਗਏ ਅਤੇ ਕਈਆਂ ਦਾ ਨਾਲ ਹੀ ਪਾਣੀ ਦੇ ਨਾਲ ਵਹਾ ਕੇ ਉਹਨਾਂ ਨੂੰ ਚਲੇ ਗਏ। ਸੋ ਅਸੀਂ ਅਸੈਸਮੈਂਟ ਕਰਨ ਤੋਂ ਬਾਅਦ ਰਿਪੋਰਟ ਤਿਆਰ ਕੀਤੀ। ਸੋ ਅੱਜ ਮੁੜ ਵਸੇਵੇਂ ਦੇ ਪ੍ਰੋਜੈਕਟ ਦੇ ਵਿੱਚ ਖਾਲਸਾ ਐਡ ਦੀ ਟੀਮ ਦੇ ਵੱਲੋਂ ਫੈਮਲੀਜ਼ ਆਈਡੈਂਟੀਫਾਈ ਕਰਕੇ ਅਸੀਂ ਜਿਹੜਾ ਉਹਨਾਂ ਨੂੰ ਇੱਕ ਇਨਕਮ ਸੋਰਸ ਜਿਹੜਾ ਹੈਗਾ ਉਹ ਜਨਰੇਟ ਕਰ ਰਹੇ ਹਾਂ ਉਹਨਾਂ ਲਈ। ਡੰਗਰਾਂ ਦੀ ਪਰਚੇਜ਼ਿੰਗ, ਉਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਪ੍ਰੋਪਰਲੀ ਸਾਡੇ ਪ੍ਰੋਫੈਸ਼ਨਲਸ ਬੰਦੇ ਇਸ ਪ੍ਰੋਜੈਕਟ ਦੇ ਉੱਤੇ ਲੱਗੇ ਹੋਏ ਸੀਗੇ, ਉਹਨਾਂ ਦੀ ਪਰਚੇਜ਼ਿੰਗ ਕਰ ਰਹੇ ਸੀਗੇ। ਨਾਲ ਹੀ ਅਸੀਂ ਆਈਡੈਂਟੀਫਿਕੇਸ਼ਨ ਕਰਕੇ ਜਦੋਂ ਉਹਨਾਂ ਦੀ ਚੈਕਿੰਗ ਕਰਦੇ ਹਾਂ, ਪੂਰਾ ਅਸੀਂ ਦੋ ਦੋ ਦਿਨ ਉਹਨਾਂ ਨੂੰ ਚੈੱਕ ਕਰਕੇ ਇੱਕ ਵਧੀਆ ਜੋ ਬਰੀਡ ਹੈ ਉਹ ਪਰਚੇਜ਼ ਕੀਤੀ। ਤਕਰੀਬਨ ਅਸੀਂ ਜਿਹੜੀ ਐਵਰੇਜ ਹੈ ਉਹ 80-85 ਹਜ਼ਾਰ ਦੀ ਕੀਮਤ ਦੀ ਅਸੀਂ ਇੱਕ ਡੰਗਰ ਜਿਹੜਾ ਉਹ ਪਰਚੇਜ਼ ਕਰਕੇ ਅੱਜ ਇਹਨਾਂ ਪਰਿਵਾਰਾਂ ਨੂੰ ਅਸੀਂ ਇਹ ਦੇ ਰਹੇ ਹਾਂ। ਸੋ ਇਹ ਸਾਡਾ ਜਿਹੜਾ ਪ੍ਰੋਜੈਕਟ ਹੈ, ਇਹ ਪ੍ਰੋਜੈਕਟ ਬਹੁਤ ਜ਼ਿਆਦਾ ਵੱਡਾ ਅਸੀਂ ਇਹ ਪਲਾਨ ਕੀਤਾ ਤਾਂ ਜੋ ਜਿਹੜੇ ਇਹ ਪਰਿਵਾਰ ਨੇ, ਜਿਹੜੇ ਜਿਨ੍ਹਾਂ ਦੇ ਡੰਗਰ ਹੁਣ ਨਹੀਂ ਰਹੇ ਜਾਂ ਜਿਨ੍ਹਾਂ ਦੇ 4 ਡੰਗਰ ਸੀ ਉਹਨਾਂ ਦੇ 3 ਰੁੜ ਗਏ, 2 ਮਰ ਗਏ, ਸੋ ਮਤਲਬ ਕਾਇੰਡ ਆਫ ਇੱਦਾਂ ਦੇ ਬਹੁਤ ਜ਼ਿਆਦਾ ਪਰਿਵਾਰਾਂ ਦੀ ਸਾਡੇ ਕੋਲ ਡਿਟੇਲਸ ਆਈਆਂ। ਅਸੀਂ ਅਸੈਸਮੈਂਟ ਫਾਰਮਸ ਭਰੇ, ਪੇਪਰ ਵਰਕ ਕਰਕੇ ਆਪਣੇ ਪ੍ਰੋਫੈਸ਼ਨਲਸ ਤੋਂ ਆਪਣੀ ਟੀਮ ਦੇ ਨਾਲ ਰਲ ਕੇ ਅਸੀਂ ਇਹ ਪ੍ਰੋਜੈਕਟ ਡਿਜ਼ਾਈਨ ਕੀਤਾ। ਸੋ ਅੱਜ ਅਸੀਂ ਪਹਿਲਾ ਜਿਹੜਾ ਸਲੋਟ ਹੈ ਤੁਹਾਡੇ ਸਹਿਯੋਗ ਦੇ ਨਾਲ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ, ਇੱਕ ਪੰਜਾਬ ਦੇ ਕਿਸਾਨਾਂ ਨੂੰ ਦੁਆਰ ਤੋਂ ਅਸੀਂ ਮੁੜ ਵਸੇਵੇਂ ਦੇ ਪ੍ਰੋਜੈਕਟ ਦੇ ਵਿੱਚ ਉਹਨਾਂ ਨੂੰ ਸਟੈਂਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਤੁਹਾਡੇ ਸਹਿਯੋਗ ਦੇ ਨਾਲ, ਤੁਸੀਂ ਜੋ ਫੰਡ ਰੇਜ਼ਿੰਗ ਦਾ ਰਿਸਪੋਂਸ ਦਿੱਤਾ ਸੰਗਤਾਂ ਨੇ, ਜੋ ਸੰਗਤਾਂ ਨੇ ਸਾਨੂੰ ਦਿਖਾਇਆ ਕਿ ਦਿਲ ਖੁੱਲ੍ਹੇ ਅਤੇ ਉਹਨਾਂ ਨੇ ਡੋਨੇਸ਼ਨਸ ਜੋ ਦਿੱਤੀਆਂ ਨੇ, ਸੋ ਉਸ ਡੋਨੇਸ਼ਨਾਂ ਨੂੰ ਦੇਖਦੇ ਹੋਏ ਅਸੀਂ ਇਹ ਪ੍ਰੋਜੈਕਟ ਹੈ ਜਿਹੜਾ ਉਹ ਡਿਜ਼ਾਈਨ ਕੀਤਾ। ਸੋ ਅੱਜ ਸਾਡੇ ਕੋਲ ਫਸਟ ਜਿਹੜਾ ਲੋਟ ਹੈ ਉਹ ਪਹੁੰਚਿਆ, ਅਤੇ ਖਾਲਸਾ ਏਡ ਦੇ ਵੱਲੋਂ ਇਹ ਸਾਰੇ ਜਿਹੜੇ ਡੰਗਰ ਨੇ ਅਸੀਂ ਪਰਿਵਾਰਾਂ ਨੂੰ ਸੌਂਪ ਰਹੇ ਹਾਂ ਤਾਂ ਜੋ ਉਹ ਦੁਆਰ ਤੋਂ ਆਪਣੇ ਪੈਰਾਂ ਦੇ ਉੱਤੇ ਖੜ ਸਕਣ ਅਤੇ ਜਿਹੜੀ ਉਹਨਾਂ ਦੀ ਇਨਕਮ ਸੋਰਸ ਸੀਗੀ ਉਸ ਚੀਜ਼ ਨੂੰ ਇਹ ਇਫੈਕਟ ਨਾ ਕਰ ਸਕੇ। ਸੋ ਸਾਡਾ ਇਹ ਅਪਡੇਟ ਦੇਣਾ, ਸੈਕਿੰਡ ਫੇਸ ਸਟਾਰਟ ਕਰਨਾ ਅਤੇ ਤੁਹਾਨੂੰ ਸਾਰਿਆਂ ਨੂੰ ਦੱਸਣਾ ਇਹ ਅਤ ਜ਼ਰੂਰੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿੱਦਾਂ ਅਸੀਂ ਜ਼ਿਆਦਾ ਕੋਸ਼ਿਸ਼ ਇਹੀ ਕਰੀਦੀ ਆ ਕਿ ਮੋਹਰਾ ਨਸਲ ਦੀ ਮੱਝਾਂ ਹੀ ਖਰੀਦੀਏ, ਕਿਉਂ ਅਤੇ ਇੱਕ ਅਸੀਂ ਇਹ ਬਹੁਤ ਤੁਰ ਫਿਰ ਕੇ ਖਰੀਦ ਰਹੇ ਹਾਂ ਕਾਫੀ, ਜਿਵੇਂ ਮੰਡੀਆਂ 'ਚ ਜਾਂਦੇ ਹਾਂ ਜਾਂ ਘਰਾਂ 'ਚ ਪਤਾ ਲੱਗਦਾ ਜਿੱਥੇ ਕਿ ਉੱਥੇ ਆਪਾਂ ਨੂੰ ਵਧੀਆ ਮੱਝ ਖੜੀ ਆ, ਤਾਂ ਅਸੀਂ ਉੱਥੇ ਜਾਂਦੇ ਹਾਂ ਅਤੇ ਸਵੇਰੇ ਸ਼ਾਮ 2 ਟਾਈਮ ਜਾਣਾ ਪੈਂਦਾ ਵਾ ਇੱਕ ਥਾਂ 'ਤੇ ਮੱਝ ਦੇਖੋ, ਜਿੱਦਾਂ ਚਵਾਈ ਦੇਖਣੀ ਪੈਂਦੀ ਆ ਫਿਰ ਉਸਦੀ ਜਾ ਕੇ। ਸੋ ਜਾਣੀ ਹੋ ਗਿਆ ਤਕਰੀਬਨ ਇੱਕ ਵੀਕ ਤੋਂ, ਲਾਸਟ ਇੱਕ ਵੀਕ ਤੋਂ ਅਸੀਂ ਲੱਗੇ ਹੋਏ ਹਾਂ ਇਸ ਕੰਮ 'ਚ, ਅਤੇ ਜਾਣੀ ਚਲੋ ਕੋਸ਼ਿਸ਼ ਇਹੀ ਆ ਸਾਡੀ ਕਿ ਜਿੱਥੇ ਵੀ ਪਹੁੰਚੇ ਆਪਾਂ ਵਧੀਆ ਮੱਝ ਹੀ ਖਰੀਦ ਕੇ ਪਹੁੰਚਾਈਏ। ਇਹ ਮੱਝ ਹੁਣ ਤੁਹਾਡੇ ਅਕੋਰਡਿੰਗਲੀ ਰੇਡੀ ਹੈ ਬਿਲਕੁਲ, ਜਿਵੇਂ ਤੁਸੀਂ ਇਹਨਾਂ ਦੇ ਵਛੇਰੇ ਵੀ ਨਾਲ ਲੈ ਕੇ ਆਏ ਹੋ? ਹਾਂਜੀ ਹਾਂਜੀ ਬਿਲਕੁਲ ਤਾਜ਼ੀ ਸੂਈ ਹੈ ਜੀ, ਤਾਂ ਕਿ ਆਪਾਂ ਕੋਸ਼ਿਸ਼ ਇਹੀ ਰੱਖੀ ਹੈ ਵੀ ਇਹਨਾਂ ਨੂੰ ਆਪਾਂ ਜਿੱਦਾਂ ਦੁੱਧ ਮਿਲ ਸਕੇ ਮੌਕੇ 'ਤੇ ਆਉਂਦੀਆਂ ਤਾਂ। ਠੀਕ ਹੈ ਜੀ, ਹਾਂਜੀ। ਸੋ ਇਹਨਾਂ ਦੀ ਚੈਕਿੰਗ ਦਾ ਦੱਸਿਆ ਤੁਸੀਂ, ਕਿੱਦਾਂ ਇਹਨਾਂ ਨੂੰ ਟੈਸਟ ਕਿੱਦਾਂ ਕਰ ਦਿੱਤਾ ਪ੍ਰੋਪਰਲੀ? ਜਿੱਦਾਂ ਫਿਰ ਸਵੇਰ ਵੀ ਜਾ ਕੇ ਧਾਰ 'ਚ ਹੋਈ ਆ ਪਹਿਲਾਂ, ਫਿਰ ਸ਼ਾਮ ਨੂੰ ਜਾ ਕੇ ਵੀ ਅਸੀਂ ਚੋਕੇ ਦੇਖੀਆਂ ਉੱਥੇ, ਤਾਂ ਜੋ ਕੁਛ ਤੁਸੀਂ ਉਹਨਾਂ ਨੂੰ ਆਊਟ ਵੀ ਕੀਤਾ ਕਿ ਕੁਛ ਨਹੀਂ ਸਿਲੈਕਟ ਹੋਈ? ਹਾਂਜੀ ਹਾਂਜੀ, ਜਿੱਦਾਂ 5 ਸਿਲੈਕਟ ਹੋ ਗਈਆਂ ਤਾਂ ਵਿੱਚੋਂ ਮੋਸਟਲੀ 2 ਜਾਂ 3 ਆਊਟ ਹੁੰਦੀਆਂ ਹੀ ਹੁੰਦੀਆਂ ਸੀ ਡੇਲੀ। ਠੀਕ ਹੈ ਜੀ, ਠੀਕ ਹੈ। ਸੋ ਜਿਹੜੀਆਂ ਸਿਲੈਕਸ਼ਨ ਕਰ ਕਰਕੇ ਤੁਸੀਂ ਸਟੋਰ ਕਰਦੇ ਰਹੇ ਉਹਨਾਂ ਨੂੰ? ਬਿਲਕੁਲ ਬਿਲਕੁਲ, ਇਹਨਾਂ ਨੂੰ ਸਿਲੈਕਸ਼ਨ ਕਰਕੇ ਅਸੀਂ ਉੱਥੇ ਸਟੋਰ ਕਰਦੇ ਸੀ ਫਾਰਮ। ਉੱਥੇ ਹੀ ਦੂਜੇ ਪਾਸੇ ਮੱਝਾਂ ਹਾਸਲ ਕਰਨ ਵਾਲੇ ਲੋੜਵੰਦ ਲੋਕਾਂ ਨੇ ਖਾਸ ਤੌਰ ਤੇ ਖਾਲਸਾ ਐਡ ਦਾ ਮੱਝਾਂ ਲਈ ਤਹਿ ਦਿਲੋਂ ਧੰਨਵਾਦ ਕੀਤਾ। ਹੋਰ ਕੀ ਕਹਿਣਾ ਲੋੜਵੰਦ ਲੋਕਾਂ ਦਾ ਖਾਲਸਾ ਐਡ ਬਾਰੇ, ਆਓ ਸੁਣਦੇ ਹਾਂ। ਜਾਂ ਪਹਿਲੇ ਦਿਨ ਪਾਣੀ ਆਇਆ ਜੀ, ਸਾਡੇ ਕੋਲ ਡੱਖਾਂ ਨਹੀਂ ਰਿਹਾ ਜੀ, ਉਸ ਟਾਈਮ ਅਸੀਂ ਇੱਦਾਂ ਮੰਗ ਕੇ ਰੋਟੀ ਖਾਧੀ ਸੀ, ਬੰਦਿਆਂ ਨੇ ਲੰਗਰ ਲਾ ਤਾ ਰੋਟੀ ਖਾਧੀ, ਉਹਦੇ ਬਾਅਦ ਜੀ ਅਸੀਂ
ਤੀ ਜਾਂ ਚੌਥੇ ਦਿਨ ਸਾਡੀ ਸਾਡੇ ਕੋਲ ਆਏ, ਸਾਡਾ ਲਿਖ ਕੇ ਲੈ ਗਏ ਸਭ ਕੁਝ, ਤੁਹਾਡਾ ਕਿੰਨਾ ਨੁਕਸਾਨ ਹੋਇਆ, ਕਿਆ ਹੋਇਆ, ਕਿੰਨਾ ਪਸ਼ੂ ਮਰੇ, ਇਹਦੇ ਕੋਲ ਕਿੰਨੇ ਤੇ ਜੀ, ਸਾਰਾ ਕਰ ਕਰਾ ਕੇ ਜੀ ਹੁਣ ਤੁਸੀਂ ਸੇਵਾ ਮਤਲਬ ਕਿੱਦਾਂ ਤੁਹਾਨੂੰ ਇਸ ਚੀਜ਼ ਦੇ ਨਾਲ ਹੁਣ ਕੀ ਫਾਇਦਾ ਹੋਣਾ ਹੈ, ਤੁਹਾਡੀ ਜ਼ਿੰਦਗੀ ਦੁਆਰ ਤੋਂ ਕੁਛ ਸੁਧਾਰ ਆਊਗਾ ਕਿਸ ਤਰ੍ਹਾਂ ਦਾ ਤੁਸੀਂ, ਕਿਉਂਕਿ ਦੇਖੋ ਅਸੀਂ ਕੋਈ ਸਰਕਾਰੀ ਏਜੰਸੀ ਨਹੀਂ ਆ, ਠੀਕ ਹੈ, ਸਰਕਾਰ ਅਸੀਂ ਸਿਰਫ ਸੰਗਤ ਦੇ ਦਸਵੰਧ ਦੇ ਨਾਲ ਚੱਲਦੇ ਹਾਂ, ਅਤੇ ਸੰਗਤ ਦੇ ਦਸਵੰਧ ਨੇ ਜਦੋਂ ਸਾਨੂੰ ਇੰਨਾ ਸਾਡੀਆਂ ਗੋਲਕਾਂ ਭਰੀਆਂ ਕਿ ਤੁਸੀਂ ਜਿਹੜੇ ਭਰਾਵਾਂ ਦਾ ਨੁਕਸਾਨ ਹੋਇਆ ਤੁਸੀਂ ਉਹਨਾਂ ਦਾ ਮੋਢੇ ਨਾਲ ਮੋਢਾ ਲਾ ਕੇ ਸਾਥ ਦਿਓ, ਅਤੇ ਅਸੀਂ ਇਹ ਪ੍ਰੋਜੈਕਟ ਪਲਾਨ ਕੀਤਾ ਕਿ ਅਸੀਂ ਇਹਨਾਂ ਨੂੰ ਡੰਗਰ ਦੇਵਾਂਗੇ ਤਾਂ ਜੋ ਜਿਹੜਾ ਇਹਨਾਂ ਦਾ ਕਮਾਈ ਦਾ ਸਾਧਨ ਹੈ ਉਹ ਦੁਬਾਰਾ ਸਟੈਂਡ ਕਰ ਸਕਣ। ਸੋ ਤੁਹਾਨੂੰ ਕੀ ਲੱਗਦਾ ਕਿ ਹੁਣ ਤੁਹਾਡੀ ਜ਼ਿੰਦਗੀ 'ਚ ਕੁਛ ਬਦਲਾਅ ਹੋਊਗਾ ਜੀ ਹੁਣ ਦੁੱਧ ਆ ਗਿਆ ਜੀ ਘਰੇ? ਨਹੀਂ, ਅੱਜ ਤਾਂ ਥੈਂਕਸ ਕਰਦੇ ਜੀ ਸਾਹਿਬ ਜਿਹਨਾਂ ਨੇ ਸੇਵਾ ਕੀਤੀ ਹੈ ਜੀ, ਮਤਲਬ ਵੀ ਨੁਕਸਾਨ ਤਾਂ ਬਹੁਤ ਹੋਇਆ ਜੀ। ਹਾਂਜੀ, ਕਿੰਨੇ ਡੰਗਰ ਤੁਹਾਡੇ ਮਰੇ ਨੇ ਜਾਂ ਰੁੜੇ ਨੇ? ਸਾਡੇ 2 ਡੰਗਰ ਹੜੇ ਜੀ। ਅੱਛਾ ਜੀ, ਹਾਂਜੀ, ਮਤਲਬ ਬਹੁਤ ਨੁਕਸਾਨ ਤਾਂ ਬਹੁਤ ਹੋਇਆ ਜੀ, ਜ਼ਮੀਨ ਦਾ ਵੀ ਬਹੁਤ ਨੁਕਸਾਨ। ਬਹੁਤ ਜੀ ਤੁਹਾਡਾ ਧੰਨਵਾਦ ਹੈ, ਜਿਹੜਾ ਇੰਨਾ ਵੀ ਤੁਸੀਂ ਕਰਿਆ ਹੈਗਾ, ਇੰਨਾ ਵੀ ਬਹੁਤ ਅੱਜ ਕੱਲ੍ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਜਦੋਂ 18 ਅਗਸਤ ਨੂੰ ਫਲੱਡ ਆਇਆ ਸਵੇਰੇ, ਤਾਂ ਜਾਣੀ ਕਿ ਇੰਨੀ ਸਥਿਤੀ ਖਰਾਬ ਹੋ ਚੁੱਕੀ ਸੀ ਜੋ ਘਰ ਦਾ ਸਮਾਨ ਅਤੇ ਪਸ਼ੂ ਫਸਲਾਂ ਸਾਰੀਆਂ ਬਰਬਾਦ ਹੋ ਚੁੱਕੀਆਂ ਸੀ। ਸ਼ਾਮ ਤੱਕ ਸਮਝੋ ਸਾਨੂੰ ਕਿਸ਼ਤੀਆਂ ਰਾਹੀਂ ਕੱਢਿਆ ਵੀ ਗਿਆ ਜੀ। ਉਸ ਤੋਂ ਬਾਅਦ ਜੀ ਸਾਨੂੰ ਗੁਰੂ ਘਰਾਂ ਦੇ ਵਿੱਚ ਤਾਂ ਲੰਗਰ ਪਾਣੀ ਆਏ, ਸੰਗਤਾਂ ਨੇ ਇੰਨਾ ਸਹਿਯੋਗ ਦਿੱਤਾ ਲੰਗਰ ਪਾਣੀ ਦਸਤਾਂ ਦਾ, ਉਹਨਾਂ ਦਾ ਅਸੀਂ ਕਰਜ਼ ਉਤਾਰ ਨਹੀਂ ਸਕਦੇ ਜੀ। ਉਸ ਤੋਂ ਬਾਅਦ ਇਹ ਟੀਮ ਆਈ ਜੀ ਸਾਡੇ ਪਾਸ, ਇਹਨੇ ਸਾਡਾ ਸਾਰਾ ਸਰਵੇਖਣ ਕੀਤਾ ਜੀ। ਅੱਜ ਇਹ ਸਾਨੂੰ ਮੱਝਾਂ ਦੇ ਉਹਦੇ 'ਚ ਮੱਝਾਂ ਲੈ ਕੇ ਆ ਰਹੇ ਹੈ ਜੀ, ਮੱਝਾਂ ਦੇ ਰਹੇ ਹੈ ਜੀ, ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੈ ਜੀ। ਦੇਖਿਆ ਜਾਵੇ ਤਾਂ ਪਿੰਡਾਂ ਵਿੱਚ ਆਏ ਹੜ੍ਹਾਂ ਵਿੱਚ ਲੋਕਾਂ ਦੇ ਕਈ ਪਸ਼ੂ ਡੰਗਰ ਪਾਣੀ ਵਿੱਚ ਰੁੜ ਗਏ ਤੇ ਕਈਆਂ ਦੇ ਪਸ਼ੂ ਡੰਗਰ ਮਰ ਵੀ ਗਏ। ਜਿਸ ਤੋਂ ਬਾਅਦ ਖਾਲਸਾ ਐਡ ਵੱਲੋਂ ਮੁੜ ਵਸੇਵਾ ਪ੍ਰੋਜੈਕਟ ਦੇ ਤਹਿਤ ਉਹਨਾਂ ਇਹ ਦੇਖਿਆ ਕਿ ਜ਼ਿਆਦਾਤਰ ਲੋਕ ਪਸ਼ੂਆਂ ਤੇ ਹੀ ਨਿਰਭਰ ਸਨ ਤੇ ਕਈਆਂ ਦੀ ਕਮਾਈ ਦਾ ਸਾਧਨ ਵੀ ਪਸ਼ੂ ਡੰਗਰ ਹੀ ਸਨ। ਜਿਸ ਤੋਂ ਬਾਅਦ ਹੁਣ ਖਾਲਸਾ ਐਡ ਵੱਲੋਂ ਇਹਨਾਂ ਲੋਕਾਂ ਵਿੱਚ ਡੰਗਰ ਦੀ ਸੇਵਾ ਕਰਕੇ ਉਹਨਾਂ ਜਿੱਥੇ ਇਹਨਾਂ ਹੜ੍ਹ ਪੀੜਤਾਂ ਦੀ ਵੱਡੀ ਮੁਸੀਬਤ ਦਾ ਹੱਲ ਕੀਤਾ ਤਾਂ ਉੱਥੇ ਹੀ ਖਾਲਸਾ ਐਡ ਨੇ ਇੱਕ ਤਰ੍ਹਾਂ ਨਾਲ ਇਹਨਾਂ ਹੜ੍ਹ ਪੀੜਤਾਂ ਨੂੰ ਇਹਨਾਂ ਦਾ ਰੁਜ਼ਗਾਰ ਵਾਪਸ ਕੀਤਾ। ਬਿਊਰੋ ਰਿਪੋਰਟ ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।